ਕਿ ਜਿਹੜਾ ਉਹ ਸਮੁੰਦਰ ਭਰਦਾ ਆ ਰਿਹਾ ਸੀ। ਅੱਜ ਸਾਡੇ ਪ੍ਰੋਜੈਕਟ ਦੀ ਗੱਲ ਕੀਤੀ ਜਿਹਦੇ ਵਿੱਚ ਅਸੀਂ ਜਿਹੜਾ ਤੁਸੀਂ ਰੋਜ਼ ਖਾਣਾ ਸਰਵ ਕਰਦੇ ਹੋ ਉਹਦੇ ਬਾਰੇ ਗੱਲ ਕੀਤੀ, ਦਵਾਈਆਂ ਜਿਹੜੀਆਂ ਤੁਸੀਂ ਮਰੀਜ਼ਾਂ ਨੂੰ ਦਿੰਦੇ ਹੋ ਉਹਦੇ ਬਾਰੇ ਵੀ ਗੱਲ ਕੀਤੀ, ਉਸਦੇ ਨਾਲ ਜਿਹੜੀ ਵੋਕੇਸ਼ਨਲ ਟ੍ਰੇਨਿੰਗ ਹੈ ਉਸਦੇ ਬਾਰੇ ਗੱਲ ਕੀਤੀ, ਨਾਲ ਦੇ ਨਾਲ ਅਸੀਂ ਜਿਹੜਾ ਤੁਸੀਂ ਸੀਨੀਅਰ ਸਿਟੀਜ਼ਨ ਹੋਮ ਬਣਾਇਆ ਹੈ ਉਹਦੇ ਵਿੱਚ ਜਿਹੜੀਆਂ ਤੁਸੀਂ ਫੈਸਿਲਿਟੀਜ਼ ਦਿੱਤੀਆਂ ਹੈਗੀਆਂ ਬਿਲਕੁਲ ਮਤਲਬ 7-star ਫੈਸਿਲਿਟੀਜ਼ ਬੜੇ ਬਹੁਤ ਨੋਮੀਨਲ ਜੇ ਰੇਟਸ ਦੇ ਉੱਪਰ, ਔਰ ਇੱਕ ਡਰੱਗ ਫ੍ਰੀ ਜਿਹੜਾ ਪੰਜਾਬ ਹੈ, ਇੱਕ ਸੁਪਨਾ ਹੈ ਕਿ ਪੰਜਾਬ ਜਿਹੜਾ ਨਸ਼ਾ ਮੁਕਤ ਹੋਵੇ। ਇਹ ਜਿਹੜੇ ਸਾਰੇ ਦੇ ਸਾਰੇ ਪ੍ਰੋਜੈਕਟਸ ਦੇ ਵਿੱਚ ਤੁਹਾਡੇ ਨਾਲ ਕਿਹੜੇ ਕਿਹੜੇ ਲੋਕ ਜੁੜੇ ਨੇ, ਕਿਉਂਕਿ ਜਿਸ ਤਰ੍ਹਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਹੀ ਗੱਲ ਕੀਤੀ ਕਿ ਉੱਥੇ ਇੱਕ ਸਰਵ-ਧਰਮ ਸੰਮੇਲਨ ਜਿਹੜਾ ਤੁਸੀਂ ਕਰਵਾਇਆ ਸੀਗਾ। ਸੰਸਥਾ ਨੂੰ ਚਲਾਉਣ ਲਈ ਮੇਰੇ ਕੋਲ ਪਰਮਾਤਮਾ ਦੇ ਆਸ਼ੀਰਵਾਦ ਨਾਲ ਜਿੱਦਾਂ ਈਸ਼ਰਾਲ ਡਾਕਟਰ ਈਸ਼ਰਾਲ ਵਾਲੀਆ ਹੈਗੇ ਨੇ ਉਹ ਮੇਰੇ ਐਡਵਾਈਸਰ ਹੈਗੇ ਨੇ, ਜਿਹੜੇ ਬੰਦੇ ਕੰਟਰੀਆਂ ਚਲਾਉਂਦੇ ਹੈਗੇ ਨੇ ਇਧਰੋਂ ਸਰਦਾਰ ਸਿੰਘ ਜੋਲ ਡਾਕਟਰ ਸਰਦਾਰ ਸਿੰਘ ਜੋਲ ਹੈਗੇ ਨੇ ਉਹ ਇਹ ਜਿਹੜੇ ਲੋਕਾਂ ਦਾ ਵਿਜ਼ਨ ਹੈਗਾ ਜਿਨ੍ਹਾਂ ਨੇ ਪੂਰੇ ਵਰਲਡ ਦੇ ਵਿੱਚ ਯੂ ਨੋ ਕੰਮ ਕਰਕੇ ਦਿਖਾਇਆ ਹੋਇਆ ਉਹ ਲੋਕਾਂ ਨੂੰ ਮੈਂ ਐਜ਼ ਐਡਵਾਈਜ਼ਰ ਲਿੱਤਾ ਹੋਇਆ, ਮੈਂ ਆਪਣੇ ਕੁਝ ਦੋਸਤਾਂ ਨੂੰ ਐਜ਼ ਅ ਟਰਸਟੀ ਲਿੱਤਾ ਹੋਇਆ, ਤੁਹਾਡੇ ਜਲੰਧਰ ਤੋਂ ਮੈਂ ਮਨਿੰਦਰ ਧਮਾਨ ਜੀ ਨੂੰ ਔਰ ਲੁਧਿਆਣੇ ਤੋਂ ਅੰਮ੍ਰਿਤ ਭਾਂਬੜੀ ਜੀ ਨੂੰ ਅਨਿਲ ਸਿੰਘਾਣੀਆ ਜੀ ਨੂੰ ਉਹ ਸਭ ਨੂੰ ਮੈਂ ਟਰਸਟੀ ਲਿੱਤਾ ਹੋਇਆ ਕਿ ਬਈ ਟਰਸਟੀਜ਼ ਦੀ ਡਿਊਟੀ ਆਪਣੀ ਹੈ, ਐਡਵਾਈਜ਼ਰਸ ਦੀ ਆਪਣੀ ਹੈ ਕਿ ਆਈ ਕੈਨ ਸੀ ਦ ਪਿਕਚਰ ਫਰੋਮ ਬੋਥ ਸਾਈਡਸ ਜੀ ਤੇ ਦੈਨ ਆਈ ਕੈਨ ਮੇਕ ਦਾ ਰਾਈਟ ਡਿਸੀਜ਼ਨਸ ਜੀ ਕਿ ਮੈਂ ਤਾਂ ਜਦੋਂ ਬਾਹਰੋਂ ਆਉਂਦਾ ਤੇ ਮੈਨੂੰ ਤਾਂ 10 ਦਿਨ ਇਸੇ ਗੱਲ ਸਮਝਣ ਲੱਗ ਜਾਂਦੇ ਹੈਗੇ ਨੇ ਕਿ ਬਈ ਝੂਠ ਹੈ ਕੀ ਹੈ ਤੇ ਸੱਚ ਕੀ ਹੈ ਜੀ ਤਾਂ ਪਰ ਫਿਰ ਵੀ ਮੈਂ ਫੋਰਚੂਨੇਟ ਇਨਫ ਹੈਗਾ ਕਿ ਮੈਂ ਇੱਥੇ 100 ਤੋਂ ਵੱਧ ਚੱਕਰ ਲਗਾ ਚੁੱਕਾ ਇਸ ਇੰਸਟੀਚਿਊਟ ਨੂੰ ਚਲਾਉਣ ਲਈ ਜੀ ਔਰ ਪਰਮਾਤਮਾ ਦੀ ਮਿਹਰ ਨਾਲ ਬਹੁਤ ਅੱਛਾ ਚੱਲ ਰਿਹਾ ਹੈਗਾ ਔਰ ਹੁਣ ਮੈਂ ਇੱਕ ਔਰਫਨੇਜ ਸ਼ੁਰੂ ਕੀਤਾ ਹੈਗਾ ਜਿਹਦੇ 'ਚ ਹਾਲੇ ਮੇਰੇ ਕੋਲ 20 ਬੱਚੇ ਹੈਗੇ ਨੇ ਲੇਕਿਨ ਜਦੋਂ 50 ਹੋ ਜਾਣਗੇ ਤੇ ਮੈਂ ਉਹਦੇ ਵਾਸਤੇ 5 acre ਲੈਣ ਲਿੱਤੀ ਹੈਗੀ ਹੈ ਜਿੱਥੇ ਮੈਂ ਕੰਸਟਰਕਸ਼ਨ ਸ਼ੁਰੂ ਕਰੂੰਗਾ ਨੈਕਸਟ ਟ੍ਰਿਪ 'ਚ ਤੇ ਇਹ ਜਿਹੜਾ ਇੱਕ ਹੋਰ ਏਜੰਡਾ ਹੈਗਾ ਇਹ ਜਿਹੜੇ ਬੱਚੇ ਚਾਹ ਦੀ ਦੁਕਾਨ ਤੇ ਕੰਮ ਕਰਦੇ ਆ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਆ ਆਪਾਂ ਨੂੰ ਰਲ ਕੇ ਦੇਖਣਾ ਚਾਹੀਦਾ ਕਿ ਬੱਚਿਆਂ ਦੀ ਐਕਸਪਲੋਇਟੇਸ਼ਨ ਨਾ ਹੋਵੇ ਔਰ ਉਹੋ ਜਿਹੇ ਬੱਚੇ ਜਿਹੜੇ ਹੈਗੇ ਆ ਜੇ ਉਹਨਾਂ ਦਾ ਕੋਈ ਮਾਂ ਪਿਓ ਨਹੀਂ ਸੰਭਾਲ ਸਕਦਾ ਤੇ ਅਸੀਂ ਬੈਠੇ ਸੰਭਾਲਣ ਲਈ ਤੇ ਇਹ ਵੀ ਔਰਫਨੇਜ ਵੀ ਜਿਹੜਾ ਬਣੂਗਾ ਇਹ ਦੁਨੀਆਂ ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਬਣੂਗਾ ਤੇ ਇਹ ਵੀ ਅਸੀਂ ਪਲਾਨ 1000 ਬੱਚਿਆਂ ਦਾ ਕੀਤਾ ਹੈਗਾ ਤੇ ਉਹਦੇ ਬਾਰੇ ਵੀ ਸੁਸਾਇਟੀ ਨੂੰ ਸੋਚਣਾ ਚਾਹੀਦਾ ਕਿ ਬੱਚੇ ਜਿਹੜੇ ਕੰਮਾਂ ਤੇ ਲੱਗੇ ਹੋਏ 10 ਸਾਲ ਦੇ 12 ਸਾਲ ਦੇ 14 ਸਾਲ ਦੇ ਇਹਨਾਂ ਨੂੰ ਵੀ ਆਪਾਂ ਸ਼ੁਰੂ ਤੋਂ ਇਹ ਬਣਨ ਨਾ ਹੋਣ ਦਈਏ ਇਹਨਾਂ ਨੂੰ ਪੂਰਾ ਚਾਂਸ ਦਈਏ ਜਿੱਦਾਂ ਕਈ ਜਗ੍ਹਾ ਤੋਂ ਲੜਕੀਆਂ ਨਵੀਆਂ ਜੰਮੀਆਂ ਪਿੰਡ 'ਚ ਪਈਆਂ ਛੱਡੀਆਂ ਹੁੰਦੀਆਂ ਸਾਨੂੰ ਹਾਲੇ 5 ਸਾਲ ਤੋਂ ਛੋਟਾ ਬੱਚਾ ਲਾਉਣ ਨਹੀਂ ਹੈਗਾ ਲੇਕਿਨ ਜਦੋਂ ਸਾਨੂੰ ਉਹਦੀ ਪਰਮਿਸ਼ਨ ਮਿਲ ਜਾਏਗੀ ਅਸੀਂ ਉਹਦਾ ਵੀ ਸਪੈਸ਼ਲ ਇੰਤਜ਼ਾਮ ਕਰਾਂਗੇ ਕਿ ਬਈ ਬੱਚਿਆਂ ਨੂੰ ਉਹ ਲਾਈਫ ਦੇ ਵਿੱਚ ਪੂਰਨ ਅਪਰਚੁਨਿਟੀ ਮਿਲੇ ਜਿਹੜੀ ਵੀ ਆਤਮਾ ਇੱਥੇ ਪੈਦਾ ਹੋਈ ਹੈ ਮੰਜ਼ਲਾਂ ਮਿਲਦੀਆਂ ਨੇ ਜਿਹਨਾਂ ਦੇ ਸੁਪਨਿਆਂ ਚ ਜਾਣ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਸਲਿਆਂ ਨਾਲ ਉੱਚੀ ਉਡਾਣ ਹੁੰਦੀ ਹੈ। ਤੁਹਾਡੇ ਹੌਸਲੇ ਇੰਨੇ ਬੁਲੰਦ ਨੇ ਕਿ ਤੁਸੀਂ ਸਹਿਜ ਸੁਭਾਈ ਜਿਹੜੇ ਸਾਰੇ ਪ੍ਰੋਜੈਕਟ ਜਿਹੜੇ ਆ ਚਲਾਏ ਜਾ ਰਹੇ ਔਰ ਪੰਜਾਬ ਦੀ ਮਿੱਟੀ ਦਾ ਮੋਹ ਹੋਣਾ ਲਾਜ਼ਮੀ ਹੈ, ਜਾਇਜ਼ ਵੀ ਹੈ, ਔਰ ਪੰਜਾਬ ਦੀ ਮਿੱਟੀ ਦੇ ਨਾਲ ਇੰਨਾ ਮੋਹ ਹੋਣਾ ਕਿ ਪੰਜਾਬ 'ਤੇ ਸਵਰਗ ਬਣਾ ਲੈਣ ਦਾ ਸੁਪਨਾ ਦੇਖਣਾ। ਔਰ ਇੱਕ ਚੀਜ਼ ਮੈਂ ਆਪਣੇ ਪ੍ਰੋਗਰਾਮ ਦੇ ਥਰੂ ਅੱਜ ਅਸੀਂ ਇਹ ਪਵਾਉਣਾ ਚਾਹੋਗੇ ਕਿ ਜਿਹੜਾ ਪੰਜਾਬੀਆਂ ਦੇ ਲਈ ਕੀ ਮੈਸੇਜ ਦੇਣਾ ਚਾਹੋਗੇ, ਕਿਉਂਕਿ ਤੁਸੀਂ ਵੀ ਇੱਕ ਪੰਜਾਬੀ ਹੋ, ਇੱਥੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਉਹ ਵੀ ਇਸ ਤਰ੍ਹਾਂ ਦੇ ਕੰਮ ਕਰਨ? ਦੇਖੋ ਜੀ, ਮੈਂ ਪੰਜਾਬੀ, ਮੇਰਾ ਥਾਟ ਪ੍ਰੋਸੈਸ ਇਹ ਸੀਗਾ ਕਿ ਜੇ ਮੈਂ ਪੰਜਾਬ 'ਚ ਇੱਕ ਸਾਈਡ 'ਤੇ ਲੰਗਰ ਸ਼ੁਰੂ ਕਰੂੰਗਾ, ਦੂਜਾ ਦੂਜੀ ਸਾਈਡ 'ਤੇ ਕਰ ਦੂੰ, ਤੀਜਾ ਤੀਜੀ ਸਾਈਡ 'ਤੇ ਸ਼ੁਰੂ ਕਰ ਦੂੰ, ਤਾਂ ਪੰਜਾਬੀ ਬੜੇ ਅਗਰੈਸਿਵ ਨੇ ਔਰ ਬੜੇ ਕੰਪੀਟੀਟਿਵ ਨੇ ਜੀ, ਅਤੇ ਅੱਜ ਤੱਕ 22 ਸਾਲ ਦੇ ਵਿੱਚ ਕੋਈ ਕੰਪੈਟੀਟਰ ਆਇਆ ਨਹੀਂ ਹੈਗਾ ਅਤੇ ਮੈਂ ਪੰਜਾਬੀਆਂ ਨੂੰ ਚੈਲੰਜ ਕਰਨਾ ਚਾਹੁੰਦਾ ਕਿ ਇੱਦਾਂ ਦੇ ਕੰਮ ਵਾਸਤੇ ਕੰਪੀਟੀਸ਼ਨ 'ਚ ਆਓ ਅਤੇ ਲਗਾਓ ਜ਼ੋਰ ਜਿੰਨਾ ਲੱਗਦਾ ਅਤੇ ਫਿਰ ਆਪਾਂ ਇਕੱਠੇ ਰਲ ਮਿਲ ਕੇ ਇਹ ਪੰਜਾਬ ਨੂੰ ਇੱਕ ਖੁਸ਼ਹਾਲ ਪੰਜਾਬ ਬਣਾਈਏ ਔਰ ਇਹ ਜਿਹੜੇ ਲੋਕਾਂ ਨੂੰ ਤੁਹਾਡੀ ਜ਼ਰੂਰਤ ਹੈਗੀ ਹੈ ਉਹ ਸਾਰੇ ਤੁਹਾਡੀਆਂ ਸਰਵਿਸਿਜ਼ ਅਵੇਲ ਕਰ ਸਕਣ ਔਰ ਤੁਹਾਡਾ ਸੱਤਿਆਕਰਮ ਜਿਹੜਾ ਹੈਗਾ ਉਹ ਤੁਹਾਨੂੰ ਅਗਲੇ ਜਨਮ 'ਚ ਵੀ ਸਾਥ ਦੇ ਸਕੇ।
ਜੀ ਬਹੁਤ ਹੀ ਵਧੀਆ ਜਿਹੜੇ ਤੁਸੀਂ ਵਿਚਾਰ ਦਿੱਤੇ ਨੇ ਔਰ ਅਸੀਂ ਵੀ ਪੰਜਾਬ ਦੇ ਭਵਿੱਖ ਦੀ ਮੰਗਲ ਕਾਮਨਾ ਕਰਦੇ ਹੋਏ ਔਰ ਤੁਸੀਂ ਆਪਣਾ ਇਹ ਜਿਹੜਾ ਕੰਮ ਹੈ ਸਹਿਜ ਸੁਭਾਅ ਇਸੇ ਤਰ੍ਹਾਂ ਕਰਦੇ ਰਹੋ। ਅਸੀਂ ਵੀ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਔਰ ਤੁਸੀਂ ਪੰਜਾਬ ਲਈ, ਪੰਜਾਬੀ ਲਈ, ਪੰਜਾਬ ਦੀ ਤਰੱਕੀ ਦੇ ਲਈ ਇਸੇ ਤਰ੍ਹਾਂ ਹੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਰਹੋ। ਸਰ ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਡੇ ਰੂਬਰੂ ਪ੍ਰੋਗਰਾਮ ਦੇ ਵਿੱਚ ਆਏ, ਸਾਡੇ ਦਰਸ਼ਕਾਂ ਦੇ ਨਾਲ ਰੂਬਰੂ ਹੋਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ, ਬਹੁਤ ਬਹੁਤ।